रेफर हस्पताल दे नां दे नाल जानिया जांदा सिविल हस्पताल रामपुरा फूल अज बुलंदियां दी रात है। इस सब विखाया है सिविल हस्पताल दे मेहनती डॉक्टरां दे स्टाफ ने, जिथे इस हस्पताल दे विच 24 घंटे एमरजेंसी सेवावां उपलब्ध ने, उथे डॉक्टरां दे वल्लों भी जी तोड़ मेहनत कीती जा रही है। हुण तुहानूं दसदे आं कि रेफर हस्पताल तों किवें बणिया है मरीजां लई वरदान दा केंद्र। सिविल हस्पताल दे विच पिछले कुछ समय दौरान वक-वक विभागां दे विच कुछ नवे डॉक्टर आए, जिन्हां दे विचों एक है डॉक्टर भानुप्रिया शर्मा, जो औरतां दे रोगां दे माहिर ने, जो दिन रात मेहनत करके मरीजां दी सेवा करन दे नां दे नाल जाने जांदे ने। वधिया सांभ संभाल, प्राइवेट हस्पताल वर्गी सुविधा ते सरकारी दवाइयां दे विच इलाज करवाउणा उन्हां दा मुख टीचा है। इत्थे इह वी दस्सेंगे कि पहला डिलीवरी केस दौरान सर्जरी दे लई मरीजां नूं बठिंडा विखे जाना पैंदा सी, परंतु हुण इह सब कुछ सिविल हस्पताल रामपुरा फूल दे विच ही संभव है। ਅਸੀਂ ਦੇਖ ਰਹੇ ਹਾਂ ਵੀ ਕਾਫੀ ਜ਼ਿਆਦਾ ਲੰਬੀਆਂ ਲਾਈਨਾਂ ਲੱਗੀਆਂ ਗਈਆਂ, ਤਕਰੀਬਨ 100-150 ਦੀ ਅੰਦਾਜ਼ਾ ਵੀ ਤੁਹਾਡੇ ਕੋਲ ਓਪਰੀ ਡੇਲੀ ਦੀ ਹੋ ਸਕਦੀ ਹੈ, ਅਤੇ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਜੀ? ਦੇਖੋ ਹਰ ਰੋਜ਼ ਹੀ ਇੰਨੀ ਲਾਈਨ ਹੁੰਦੀ ਹੈ, ਹਰ ਰੋਜ਼ ਹੀ ਇੰਨਾ ਰਸ਼ ਹੁੰਦਾ। ਪੇਸ਼ੈਂਟਸ ਕੁਛ ਤਾਂ ਬਹੁਤ ਵਧੀਆ ਨੇ, ਉਹ ਮੈਨੇਜ ਵੀ ਕਰ ਲੈਂਦੇ ਨੇ, ਉਹ ਸਮਝ ਜਾਂਦੇ ਨੇ ਕਿ ਟਾਈਮਲੀ ਆਉਣਾ। ਕੁਛ ਵਿੱਚੋਂ ਵੀ ਹੁੰਦੇ ਨੇ ਉਹਨਾਂ ਨੂੰ ਜਲਦੀ ਦੇਖ ਲਈਦਾ, ਕੁਛ ਐਮਰਜੈਂਸੀ ਹੁੰਦੀ ਹੈ ਉਹਨਾਂ ਨੂੰ ਵੀ ਮੈਨੇਜ ਕਰ ਲਈਦਾ, ਪਹਿਲਾਂ ਦੇਖ ਲਈਦਾ। ਬਟ ਥੋੜ੍ਹਾ ਜਿਹਾ ਸਟਾਫ ਦੀ ਕਮੀ ਹੋਣ ਦੇ ਕਾਰਨ ਥੋੜ੍ਹੀ ਜਿਹੀ ਪ੍ਰੋਬਲਮ ਜ਼ਰੂਰ ਆ ਰਹੀਆਂ ਨੇ, ਕਿਉਂਕਿ ਮੈਨੇਜਮੈਂਟ ਲਈ ਸਟਾਫ ਚਾਹੀਦਾ ਅਤੇ ਸਟਾਫ ਸਾਡੇ ਕੋਲ ਹੈ ਨਹੀਂ ਹੈ। ਬਟ ਠੀਕ ਹੈ, ਹੋ ਰਹੀ ਆ ਮੈਨੇਜ, ਵੀ ਆਰ ਟਰਾਇੰਗ ਟੂ ਮੈਨੇਜ, ਜਿੰਨਾ ਮੈਕਸੀਮਮ ਮੈਨੇਜ ਕਰ ਸਕਦੇ ਹਾਂ ਉਨਾ ਮੈਨੇਜ ਕਰ ਰਹੇ ਹਾਂ। ਸਰ, ਅਸੀਂ ਪੇਸ਼ੈਂਟ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਕਿਸੇ ਟਾਈਮ 'ਤੇ ਜਿਹੜਾ ਸੀਗਾ ਜਿਸ ਟਾਈਮ ਕੋਈ ਵੀ ਡਾਕਟਰ ਸੀਗਾ ਜਿਹੜਾ ਸਰਜਰੀ ਨੂੰ ਕਰ ਸਕੇ, ਅਤੇ ਤੁਹਾਡੇ ਉਹਨਾਂ ਕਾਫੀ ਫਾਇਦਾ ਹੋਇਆ ਜੀ, ਮਤਲਬ ਕਿ ਇਹ ਮਰੀਜ਼ਾਂ ਦਾ ਕਹਿਣਾ ਹੈਗਾ, ਅਤੇ ਕੀ ਕਿਹੜਾ ਤੁਹਾਡਾ ਸਟੂਡੈਂਟ ਜੀ? ਬਹੁਤ ਖੁਸ਼ੀ ਹੋਈ ਜਾਣ ਕੇ ਕਿ ਮੇਰੇ ਆਉਣ ਨਾਲ ਥੋੜ੍ਹਾ ਬਹੁਤ ਫਰਕ ਪਿਆ। ਅਸੀਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ, ਜਿੰਨਾ ਕੁਛ ਇੱਥੇ ਮੈਨੇਜ ਹੋ ਸਕਦਾ ਮੈਂ ਮੈਨੇਜ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਕੁਛ ਸਾਡੇ ਕੋਲ ਕੁਛ ਫੈਸਿਲਿਟੀਜ਼ ਨਹੀਂ ਹੈਗੀਆਂ ਜੋ ਕਿ ਵੱਡੇ ਹੋਸਪਿਟਲ 'ਚ ਹੁੰਦੀਆਂ ਨੇ, ਅਗਰ ਕੋਈ ਪੇਸ਼ੈਂਟ ਬਹੁਤ ਜ਼ਿਆਦਾ ਸਿੱਕ ਹੈ ਤਾਂ ਸਾਨੂੰ ਉਹਨੂੰ ਸ਼ਿਫਟ ਵੀ ਕਰਨਾ ਪੈਂਦਾ ਉੱਥੇ। ਬਟ ਮੈਕਸੀਮਮ ਜਿੰਨਾ ਅਸੀਂ ਇੱਥੇ ਕਰ ਸਕਦੇ ਹਾਂ ਅਸੀਂ ਇੱਥੇ ਕਰਦੇ ਹਾਂ। ਐਨਸਥੀਜ਼ੀਆ ਦੇ ਡਾਕਟਰ ਇਸ ਟਾਈਮ ਸਾਡੇ ਛੁੱਟੀ 'ਤੇ ਨੇ, ਜਿਸ ਕਾਰਨ ਥੋੜ੍ਹੀ ਜਿਹੀ ਪ੍ਰੋਬਲਮਸ ਆ ਰਹੀਆਂ ਨੇ, ਬਿਕੋਜ਼ ਸਾਨੂੰ ਕਦੇ ਉਹ ਪ੍ਰਾਈਵੇਟ ਡਾਕਟਰ ਮਿਲਦੇ ਆ, ਕਦੇ ਉਹ ਅਵੇਲੇਬਲ ਹੁੰਦੇ ਆ, ਕਦੇ ਨਹੀਂ ਹੁੰਦੇ। ਅਗਰ ਉਹ ਅਵੇਲੇਬਲ ਹੁੰਦੇ ਆ ਅਸੀਂ ਉਸ ਟਾਈਮ 'ਚ ਕਰ ਲੈਂਦੇ ਹਾਂ ਸਿਜ਼ੇਰੀਅਨ, ਅਗਰ ਨਹੀਂ ਹੁੰਦੇ ਤਾਂ ਪੇਸ਼ੈਂਟ ਨੂੰ ਐਕਸਪਲੇਨ ਕੀਤਾ ਜਾਂਦਾ ਕਿ ਇਸ ਟਾਈਮ ਨਹੀਂ ਹੈਗੇ ਡਾਕਟਰ, ਤਾਂ ਸਾਨੂੰ ਉਸ ਲਈ ਸਿਰਫ ਡਾਕਟਰ ਨਾ ਹੋਣ ਕਾਰਨ ਸਾਨੂੰ ਪੇਸ਼ੈਂਟ ਬਠਿੰਡੇ ਰੈਫਰ ਕਰਨਾ ਪੈਂਦਾ ਸਰਕਾਰੀ ਵਿੱਚ। ਪੇਸ਼ੈਂਟ ਵਾਸਤੇ ਕੀ ਮੈਸੇਜ ਹੈ? ਪੇਸ਼ੈਂਟਸ ਲਈ ਇਹੀ ਮੈਸੇਜ ਹੈ ਕਿ ਪਲੀਜ਼ ਟਾਈਮਲੀ ਆ ਕੇ ਆਪਣੇ ਚੈੱਕਅਪ ਕਰਵਾਓ, ਐਂਡ ਪਲੀਜ਼ ਥੋੜ੍ਹੀ ਪੇਸ਼ੈਂਟਸ ਰੱਖ ਕੇ ਆਓ ਤਾਂ ਕਿ ਅਸੀਂ ਆਰਾਮ ਨਾਲ ਪੇਸ਼ੈਂਟਸ ਚੈੱਕ ਕਰ ਸਕੀਏ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਪੇਸ਼ੈਂਟ ਬਿਲਕੁਲ ਠੀਕ ਠਾਕ ਹੋ ਕੇ ਜਾਵੇ, ਅਸੀਂ ਉਹਦੀ ਆਰਾਮ ਨਾਲ ਬੈਠ ਕੇ ਗੱਲ ਸੁਣੀਏ। ਸਿਰਫ ਇਹੀ ਰਿਕੁਐਸਟ ਹੈ ਕਿ ਥੋੜ੍ਹੀ ਜਿਹੀ ਪੇਸ਼ੈਂਟਸ ਤੁਸੀਂ ਰੱਖੋ, ਥੋੜ੍ਹੀ ਜਿਹੀ ਅਸੀਂ ਰੱਖੀਏ, ਤਾਂ ਕਿ ਆਪਾਂ ਸਭ ਕੁਛ ਚੰਗੀ ਤਰ੍ਹਾਂ ਮੈਨੇਜ ਕਰ ਸਕੀਏ। ਮਾਤਾ ਜੀ, ਡਾਕਟਰ ਸਾਹਿਬ ਨੂੰ ਦਿਖਾਉਣਾ ਹੈ ਉਹ, ਕਿਸ ਤਰ੍ਹਾਂ ਦਾ ਵੀ ਵੀਰ ਡਾਕਟਰ ਸਾਹਿਬ ਦਾ ਜਾਂ ਕਿਸ ਤਰ੍ਹਾਂ ਮੈਡੀਸਨ ਦਿੰਦੇ ਆ, ਅਤੇ ਵਧੀਆ ਤਰੀਕੇ ਨਾਲ ਦੇਖਦੇ ਆ ਕਿ ਨਹੀਂ? ਹੋਰ ਕੀ ਮੰਗ ਕਰਦੇ ਹੋ? ਡਾਕਟਰ ਸਾਹਿਬ ਵੱਲੋਂ ਕੋਈ ਸ਼ਿਕਾਇਤ ਨਹੀਂ? ਤੁਸੀਂ ਵੀ ਇੱਥੇ ਮੈਡੀਸਨ ਲੈਣਾ ਹੈ? ਕਿਹੜੇ ਡਾਕਟਰ ਟ੍ਰੀਟਮੈਂਟ ਚੱਲ? ਕੀ ਕਹਿਣਾ ਡਾਕਟਰ ਸਾਹਿਬ ਨੂੰ ਲੈ ਕੇ? ਇਸ ਤੋਂ ਇਲਾਵਾ ਸਰਜਰੀ ਵਿਭਾਗ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਵੱਲੋਂ ਵੀ ਦਿਨ ਰਾਤ ਮਿਹਨਤ ਕਰਕੇ ਘੱਟ ਖਰਚ ਦੇ ਵਿੱਚ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਸਰ, ਇਹ ਤਾਂ ਜੋ ਪਰਮਾਤਮਾ ਵੱਲੋਂ ਸਾਡਾ ਪੇਸ਼ਾ ਹੀ ਹੈ, ਇਸ ਤਰ੍ਹਾਂ ਵੀ ਅਸੀਂ ਸ਼ਾਂਤ ਮਨ ਨਾਲ ਰਹਿਣਾ ਹੁੰਦਾ, ਅਤੇ ਜੋ ਵੀ ਆਉਂਦਾ ਸਾਡੇ 'ਚੋਂ ਦੁੱਖ ਤਕਲੀਫ ਨਾਲ ਆਉਂਦਾ, ਜੇ ਅਸੀਂ ਉਹਨਾਂ ਨਾਲ ਰੁੱਖਾ ਵਿਵਹਾਰ ਕਰਾਂਗੇ ਤਾਂ ਵਿਚਾਰਾ ਹੋਰ ਦਿਲੋਂ ਟੁੱਟ ਜਾਵੇਗਾ। ਇਸ ਕਰਕੇ ਅਸੀਂ ਆਪਣੇ ਮਨ ਨੂੰ ਠੰਡਾ ਰੱਖ ਕੇ ਸੇਵਾ ਭਾਵਨਾ ਨਾਲ ਹੀ ਸਾਰਾ ਕੰਮ ਚਲਾ ਰਹੇ ਹਾਂ। ਬਾਕੀ ਹੁਣ ਜੋ ਨਵੀਂ ਬਣੀ ਹੈ ਸਰਕਾਰ, ਇਸ ਵੱਲੋਂ
ਲੋਕਾਂ ਦਾ ਹੋਰ ਫਾਇਦਾ ਹੋਣ ਲੱਗਿਆ ਕਿ ਦਵਾਈਆਂ ਇਹਨਾਂ ਨੂੰ ਮੁਫਤ ਮਿਲਣ ਲੱਗ ਗਈਆਂ ਨੇ, ਇਸ ਕਰਕੇ ਲੋਕ ਕੁਛ ਸਰਕਾਰੀ ਹਸਪਤਾਲਾਂ ਵੱਲ ਹੀ ਰੁੱਖ ਜ਼ਿਆਦਾ ਕਰ ਰਹੇ ਨੇ ਪ੍ਰਾਈਵੇਟ ਹਸਪਤਾਲਾਂ ਦੀ ਬਜਾਏ। ਮੈਡਮ ਤੁਸੀਂ ਇੱਥੇ ਟ੍ਰੀਟਮੈਂਟ ਲੈਣ ਵਾਸਤੇ ਆਏ ਹੋ ਅੱਜ, ਸਿਵਲ ਹਸਪਤਾਲ 'ਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ? ਤੁਸੀਂ ਕਿਹੜੇ ਡਾਕਟਰ ਨੂੰ ਚੈੱਕਅਪ ਕਰਾਉਣ ਆਏ ਹੋ? ਗੋਬਿੰਦ ਆਰ ਪੀ ਸਿੰਘ ਜੀ, ਰਾਮਪੁਰਾ ਫੂਲ ਤੋਂ ਬਿਊਰੋ ਚੀਫ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।